ਸਤਪਾਲ ਵੀਰੋ, ਜਿੱਦਾਂ ਕਿ ਤੁਸੀਂ ਇਕੱਠ ਦੇਖ ਰਹੇ ਹੋ, ਬੱਬੂ ਮਾਨ ਨੂੰ ਉਡੀਕਣ ਨੂੰ ਖੜਾ ਅਤੇ ਬੱਬੂ ਮਾਨ ਅਜੇ ਤੱਕ ਆਇਆ ਨਹੀਂ ਅਤੇ ਪਰ ਉਡੀਕਣ ਨੂੰ ਦਿੜਵਾਲ ਲਾਈਵ ਤੁਹਾਨੂੰ ਪਤਾ ਹੀ ਹੈ ਵੀ ਸ਼ੁਰੂ ਹੋ ਚੁੱਕਾ। ਮੂਸੇ ਵਾਲੇ ਜੱਟ ਦੀ ਐਂਟਰੀ ਤਾਂ ਤੁਸੀਂ ਦੇਖੀ ਹੈ ਅਤੇ ਹੁਣ ਤੁਹਾਨੂੰ ਬੱਬੂ ਮਾਨ ਦੀ ਐਂਟਰੀ ਵੀ ਪਾਤੀ ਹੈ, ਪਰ ਐਂਟਰੀ ਤੋਂ ਪਹਿਲਾਂ ਦੀ ਵੀ ਵੀਡੀਓ ਅਸੀਂ ਚਾਹੁੰਦੇ ਸੀ ਤੁਹਾਨੂੰ ਥੋੜ੍ਹੀ ਜਿਹੀ ਦਿਖਾਈਏ, ਪਤਾ ਲੱਗੇ ਦਿੜਵੇ ਸ਼ੋਅ ਦੇ ਵਿੱਚ ਬੱਬੂ ਮਾਨ ਦਾ ਕਿੰਨਾ ਰੋਲ ਹੈ ਅਤੇ ਕਿੰਨੀ ਮੰਡੀਰ ਇਕੱਠੀ ਹੋਈ ਹੈ। ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਬੱਬੂ ਮਾਨ ਦੇ ਫੈਨ ਨਜ਼ਰ ਆਉਂਦੇ ਨੇ। ਕੋਈ ਯੂਪੀ ਤੋਂ ਆਇਆ, ਕੋਈ ਬਿਹਾਰ ਤੋਂ ਆਇਆ, ਕੋਈ ਦਿੱਲੀ ਤੋਂ ਆਇਆ, ਕੋਈ ਮਦਰਾਸ ਤੋਂ ਆਇਆ, ਕੋਈ ਚੇਨਈ ਤੋਂ ਆਇਆ, ਦੂਰੋਂ ਦੂਰੋਂ ਲੋਕ ਦਿੜਵਾ ਸ਼ੋਅ ਦੇਖਣ ਆਏ, ਦਿੜਵਾ ਕਬੱਡੀ ਕਲੱਬ ਦੇਖਣ ਆਏ ਨੇ, ਖੁੱਲ੍ਹਾ ਅਖਾੜਾ ਬੱਬੂ ਮਾਨ ਦਾ। ਅਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜੇ ਮੂਸੇ ਵਾਲੇ ਦੀ ਚੜ੍ਹਾ 'ਤੇ ਅਤੇ ਬੱਬੂ ਮਾਨ ਦੀ ਵੀ ਬੜਾ 'ਤੇ, ਅਤੇ ਬੱਬੂ ਮਾਨ ਦੇ ਨਾਂ ਦੇ ਕਮੈਂਟ ਬਾਕਸ ਭਰ ਦਿਉ, ਬੱਬੂ ਮਾਨ ਜ਼ਿੰਦਾਬਾਦ ਕਰ ਦਿਉ ਫਿਰ ਤੁਸੀਂ। ਤੁਹਾਨੂੰ ਦਿੜਵੇ ਸ਼ੋਅ ਦੀਆਂ ਹੋਰ ਵੀ ਲਾਈਵ ਦਿਖਾਵਾਂਗੇ, ਇੱਦਾਂ ਦੀ ਕੋਈ ਗੱਲ ਨਹੀਂ। ਜੇ ਆਪਾਂ ਛੋਟਾ ਕਲਿੱਪ ਪਾ ਰਹੇ ਹਾਂ ਤਾਂ ਕਲੇਮ ਦਾ ਡਰ ਹੁੰਦਾ, ਵੈਸੇ ਕੋਈ ਗੱਲ ਨਹੀਂ, ਤੁਹਾਨੂੰ ਲਿੰਕ ਦੇ ਦਾਂਗੇ ਜਿੱਥੇ ਪੂਰਾ ਦਿੜਵਾ ਸ਼ੋਅ ਤੁਹਾਨੂੰ ਆ ਜਾਏਗਾ। ਐਡੀ ਟੈਨਸ਼ਨ ਨਹੀਂ ਲੈਣੀ, ਅਤੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਤਾਂ ਤੁਸੀਂ ਕਰਨਾ ਹੀ ਕਰਨਾ, ਕਿਉਂਕਿ ਤੁਸੀਂ ਬੱਬੂ ਮਾਨ ਦੇ ਫੈਨ ਆ ਗਏ ਹੋ, ਬੱਬੂ ਮਾਨ ਦੇ ਫੈਨ ਦੀ ਤਾਂ ਮੰਡੀਰ ਹੀ ਵੱਖਰੀ ਹੈ। ਇਸ ਕਰਕੇ ਵੀਡੀਓ ਲਾਈਕ ਅਤੇ ਚੈਨਲ ਸਬਸਕ੍ਰਾਈਬ ਅਤੇ ਨਾਲ ਪ੍ਰੈਸ ਬੈਲ ਬਟਨ ਜ਼ਰੂਰ ਦਬਾਉਣਾ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ, ਕਿਉਂਕਿ ਇੱਦਾਂ ਦੇ ਵੀਡੀਓ ਆਉਂਦੇ ਹੀ ਰਹਿਣੇ ਨੇ ਮੂਸੇ ਵਾਲੇ ਦੇ ਵੀ ਅਤੇ ਬੱਬੂ ਮਾਨ ਦੇ ਅਤੇ ਹੋਰ ਵੀ ਕੋਈ ਸਿੰਗਰ ਪੰਜਾਬੀ ਦੀ ਕੋਈ ਵੀ ਅਪਡੇਟ ਯਾਰ ਸਭ ਤੋਂ ਪਹਿਲਾਂ ਮੈਜਿਕ ਪੈਲੀਆਂ ਲੈ ਕੇ ਆ ਜਾਏਗਾ। ਅਤੇ ਮਿਲਾਂਗਾ ਮੈਂ ਨਵੀਂ ਵੀਡੀਓ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ ਵੀਰੋ।